ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਗੁਰਜੋਤ ਸਿੰਘ ਜੀ ਨਾਲ ਇਹ ਪ੍ਰੀ ਪੈਕੇਜ ਫੂਡ ਇੰਡਸਟਰੀ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਨੇ ਬਾਇਓਕੇਮਿਸਟਰੀ ਕੀਤੀ ਆ ਉਹ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਕਿ ਜਿਹੜਾ ਅੱਜ ਖਾਣ ਪੀਣ ਅਸੀਂ ਕਰ ਰਹੇ ਹਾਂ ਤੇ ਖਾਸ ਤੌਰ ਦੇ ਤੇ ਜਿਹੜੇ ਅਸੀਂ ਪੈਕੇਟਸ ਵਗੈਰਾ ਘਰ ਵਿੱਚ ਲੈ ਕੇ ਆਂਦੇ ਹਾਂ ਕੈਮੀਕਲਸ ਅਤੇ ਜਿਹੜੇ ਪ੍ਰੀਜ਼ਰਵਟਿਵਸ ਪਾਏ ਜਾਂਦੇ ਨੇ ਉਹਦਾ ਕਿੰਨਾ ਕੋਈ ਨੁਕਸਾਨ ਸਾਨੂੰ ਹੋ ਰਿਹਾ ਹੈ ਤੇ ਕਿਸ ਤਰੀਕੇ ਨਾਲ ਅਸੀਂ ਆਪਣੇ ਦਾ ਬਚਾ ਕਰ ਸਕਦੇ ਹਾਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸਤਿ ਸ਼ਕਾ ਜੀ ਸੋ ਗੁੱਡ ਟੂ ਹੈਰ ਲिटल ਬਿਟ ਅਬਾਊਟ ਯੋਰਸੈਲਫ ਤੁਸੀਂ ਆਪਣਾ ਬਾਇਓਕੇਮਿਸਟਰੀ ਕੀਤੀ ਹੈਗੀ ਤੇ ਫੂਡ ਇੰਡਸਟਰੀ ਚ ਹੁਣ ਤੁਸੀਂ ਜੁੜੇ ਹੋਏ ਹੋ ਅੱਜ ਅਸੀਂ ਦੇਖ ਰਹੇ ਹਾਂ ਕਿ ਪਰਮਾਰ ਜੋ ਹੈ ਮਾਰਕੀਟ ਦੇ ਵਿੱਚ ਆ ਰਹੀ ਹੈ ਜਿਹਦੇ ਚ ਕਿ ਪ੍ਰੀ ਪੈਕੇਜ ਫੂਡ ਕਿਉਂਕਿ ਸਮਾਂ ਨਹੀਂ ਲੋਕਾਂ ਕੋਲ ਬਿਜ਼ੀ ਨੇ ਲੋਕ ਸੋ ਹਰ ਕੋਈ ਚਾਹੁੰਦਾ ਵੀ ਫੜਾਫੜ ਕੋਈ ਚੀਜ਼ ਸਾਨੂੰ ਖਾਣ ਨੂੰ ਮਿਲ ਜਾਏ ਕੀ ਇਹਦੇ ਫਾਇਦੇ ਐ ਨੁਕਸਾਨ ਹੋ ਰਹੇ ਨੇ ਹਾਂ ਜੀ ਜਿਹੜੇ ਕਈ ਹੈ ਕਿ ਜਿਹੜੇ ਹੈਲਥ ਬਾਰੇ ਸੋਚਦੇ ਨੇ ਤੇ ਉਹ ਚਾਹੁੰਦੇ ਨੇ ਕਿ ਪ੍ਰੀਜ਼ਰਵੇਟਿਵਸ ਜਾਂ ਕੈਮੀਕਲਸ ਨਾ ਹੋਣ ਪਰ ਅਨਫੋਰਚਨਟਲੀ ਜਿਹੜੀ ਇੰਡਸਟਰੀ ਹੈਗੀ ਆ ਕਾਫੀ ਜ਼ਿਆਦਾ ਕੰਪਨੀਆਂ ਹੈ ਕਿ ਨੇ ਜਿਹੜੇ ਕੈਮੀਕਲਸ ਪਾਉਂਦੇ ਨੇ ਬਿਕਾਜ਼ ਨੈਸੈਸਿਟੀ ਹੈਗਾ ਕਿ ਸਮਾਨ ਜਿਹੜਾ ਹੈਗਾ ਟੈਂਪਰੇਚਰ ਸੈਂਸਿਟਿਵ ਹੁੰਦਾ ਤੇ ਉਹ ਐਕਸਟੈਂਡ ਲਾਈਫ ਕਰਨ ਵਾਸਤੇ ਕਾਮਿਲ ਕੁਸਬਾਨੀ ਬੰਦੇ ਨੇ ਪਰ ਇਸ ਟਾਈਮ ਆ ਗਿਆ ਕਿ ਸਾਰੇ ਸੋਚਨੇ ਕਿ ਸਾਡਾ ਖਾਣਾ ਹੈਲਥੀ ਹੋਣਾ ਚਾਹੀਦਾ রাইਟ ਤੇ ਪਰ ਅਨਫੋਰਚਨਟਲੀ ਹੈਲਥੀ ਹੋਣ ਨਾਲ ਟਾਈਮ ਵੀ ਲੱਗਦਾ ਬਣਾਉਣ ਉਸਤੇ ਤੁਸੀਂ ਆਪਣਾ ਫਰੈਸ਼ ਫਰੂਟ ਲੱਕ ਯੋ ਫਰੈਸ਼ ਅਵੇਜਟੀ ਸਬਾਨੀ ਸਬਾਨੀ ਹੁੰਦਾ রাইਟ ਸੋ ਜਿਹੜਾ ਮਾਸ ਟਾਈਮ ਅਸੀਂ ਕਰਦੇ ਪਿਆ ਅਸੀਂ ਪ੍ਰੀਪੈਕਜ ਕੀਤਾ ਹੋਇਆ ਜੋ ਕੁਝ ਤੁਸੀਂ ਆਪਣਾ ਖਾਣਾ ਵਿੱਚ ਪਾਉਂਦੇ ਹੋ ਜੀ ਅਸੀਂ ਉਹੀ ਸਭ ਕੁਝ ਪਾਇਆ ਹੋਇਆ ਖਾਣੇ ਵਿੱਚ ਸੋ ਮਾਰਕੀਟ ਟ੍ਰੈਂਡਸ ਕੀ ਹੈ ਕਿ ਅੱਜ ਕਿ ਇਹ ਪ੍ਰੀ ਪੈਕੇਜਿੰਗ ਦਾ ਜਿਹੜਾ ਕਨਸੈਪਟ ਆ ਰਿਹਾ ਹੈ ਉਹਦੇ ਵਿੱਚ ਜਦੋਂ ਹੈਲਥ ਨਾਲ ਰਿਲੇਟ ਕਰਦੇ ਹਾਂ ਤਾਂ ਕੀ ਇਹ ਧਿਆਨ ਦਿੱਤਾ ਜਾ ਰਿਹਾ ਹੈਗਾ ਕਿ ਸਿਹਤ ਨੂੰ ਉਹਦਾ ਨੁਕਸਾਨ ਨਾ ਹੋਵੇ ਇਹ ਨਹੀਂ ਸਿਰਫ ਸਵਾਦ ਵਾਸਤੇ ਹੀ ਸੀ ਖਾ ਰਹੇ ਹਾਂ ਹਾਂਜੀ ਹੁਣ ਸਾਰੇ ਕੰਪਨੀ ਸੋਚਣ ਲੱਗ ਪਏ ਨੇ ਕਿ ਸਾਰੇ ਸਾਰੇ ਨੌਲੇਜ ਆਂਦੀ ਪਈ ਹੈ ਜੀ ਕਿ ਠੀਕ ਹੈ ਖਾਣਾ ਖਾਣਾ ਬਟ ਜਿਹੜਾ ਜੋ ਕੁਝ ਪਾਇਆ ਹੋਇਆ ਉਹ ਕਿ ਉਸ ਖਾਣੇ ਵਿੱਚ केमिकल्स ਨਾ ਹੁੰਨ। ਰਾਈਟ। ਜਦੋਂ ਅਸੀਂ ਦੇਖਦੇ ਹਾਂ ਮੇਨਸਟ੍ਰੀਮ ਕਲਚਰ ਵਿੱਚ ਤਾਂ ਇਹ ਪ੍ਰੀ ਪੈਕੇਜ ਕਨਸਰਟ ਬੜੀ ਧੇਰ ਤੋਂ ਚੱਲ ਰਿਹਾ ਹੈ। ਪਰ ਹੁਣ ਅਸੀਂ ਦੇਖ ਰਹੇ ਹਾਂ ਕਿ ਇੰਡੀਅਨ ਕਲਚਰ ਵਿੱਚ ਵੀ ਜਿਸ ਤਰ੍ਹਾਂ ਮਿਸਾਲ ਦੇ ਤੌਰ ਤੇ ਹਿੰਦੁਸਤਾਨ ਤੋਂ ਬਹੁਤ ਸਾਰੀ ਕੰਪਨੀਆਂ ਜਿਹੜੇ ਨੇ ਪ੍ਰੀ ਪੈਕੇਜ ਤੁਹਾਨੂੰ ਈਵਨ ਸਾਗ ਪਨੀਰ ਵੀ ਵਗੈਰਾ ਇਹ ਸਾਰਾ ਕੁਝ ਆ ਕੇ ਬਣ ਜਾਂਦਾ ਹੈਗਾ ਇੱਥੇ ਮਿਲ ਜਾਂਦਾ ਹੈ। ਭਾਵੇਂ ਉੱਤੇ ਲਿਖਿਆ ਹੁੰਦਾ ਹੈ ਕਿ ਜੀ ਇਹਦੇ ਕੋਈ ਪ੍ਰੀਜ਼ਰਵਟਿਵਸ ਵਗੈਰਾ ਨਹੀਂ ਹੈ। ਪਰ ਕੀ ਇਸ ਤਰ੍ਹਾਂ ਹੋ ਸਕਦਾ ਹੈ? ਅ ਕੋਈ ਤਰੀਕੇ ਹੁੰਦਣ ਹੈ ਜਿਹੜੇ ਜਿਹੜੇ ਤੁਸੀਂ ਉਹ ਪਾਉਂਦੇ ਨੇ ਜੀ ਬਟ ਉਹ ਆਫੀਸ਼ੀਅਲੀ অর ਟੈਕਨੀਕਲੀ ਪ੍ਰੀਜ਼ਰਵਟਿਵ ਨੀ ਕੇਜ ਹੁੰਦਾ ਰਾਈਟ ਸੋ ਕੋਈ ਕੋਈ ਗੈਸ ਹੋ ਜਾਂਦੀ ਹੈ ਜਦੋਂ ਪੈਕਟ ਕਰਦੇ ਨੇ ਉਹ ਆਕਸੀਜਨ ਕੱਢਣ ਵਾਸਤੇ ਉਹ ਗੈਸ ਪਾ ਸਕਦੇ ਨੇ ਜੀ ਜਾਂ ਕਈ ਹੁੰਦੇ ਨੇ ਜਿਹੜੇ ਸਟਰਿਕ ਐਸਿਡ ਹੋ ਗਿਆ ਜਾਂ ਆ ਸਮਥਿੰਗ ਸਲਫਟ ਕਹਿੰਦੇ ਨੇ ਰਾਈਟ ਉਹ ਵੀ ਨੈਚੁਰਲ ਪ੍ਰੀਜ਼ਰਵਰਸ ਕੇਜ ਹੁੰਦੇ ਨੇ ਓਕੇ ਉਸ ਕਰਕੇ ਉਹ ਕਹਿੰਦੇ ਕਿ ਪ੍ਰੀਜ਼ਰਵਟਿਵ ਫਰੀ ਹੈ ਬਟ ਅਸਲੀ ਚੀਜ਼ ਹੈ ਕਿ కెਮਿਕਲ ਹਗਾ ਤੇ ਸਾਡੀ ਕੋਸ਼ਿਸ਼ ਹੈ ਕਿ ਕਿ ਕੋਈ ਵੀ ਕੈਮੀਕਲ ਨਹੀਂ ਪਾਇਆ ਜਾਂਦਾ। ਰਾਈਟ ਹੁਣ ਖਾਨ ਪੀਣ ਦੀ ਜਿੱਥੇ ਤੁਸੀਂ ਕਹਿੰਦੇ ਸਾਡੀ ਕੋਸ਼ਿਸ਼ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹੁਣ ਇੱਕ ਨਵਾਂ ਟਰੈਂਡ ਵੀ ਆ ਰਿਹਾ ਹੈ ਕਿ ਹੁਣ ਬਣੀ ਬਣਾਈ ਚੀਜ਼ਾਂ ਸਾਨੂੰ ਅਸੀਂ ਕਹਿੰਨੇ ਕਿ ਜੀ ਪੈਕੇਟਸ ਹੋਵੇ ਅਸੀਂ ਖੋਲ੍ਹੀਏ ਉਸ ਨੂੰ ਜਿਹੜੀ ਸਬਜ਼ੀ ਉਹਦੇ ਚ ਪਾਈਏ ਜਾਂ ਚੌਲ ਨੇ ਉਹਦੇ ਚ ਪਲਾਤਾ ਦੇ ਇੱਕ ਤਰ੍ਹਾਂ ਦੀ ਬਰੀਆਨੀ ਬਣ ਗਈ ਜਾਂ ਕੁਝ ਖਾਨ ਪੀਣ ਨੂੰ ਬਣ ਗਿਆ। ਉਹਦੇ ਵਿੱਚ ਦੱਸੋ ਇਹ ਇੰਡਸਟਰੀ ਕਿੰਨੀ ਕੁ ਸਟਰੋਂਗ ਹੋ ਰਹੀ ਹੈ ਹੁਣ? ਐਸ ਟਾਈਮ ਆ ਇੰਡਸਟਰੀ ਕਾਫੀ ਅਧਰ ਬਣਦੀ ਪਈ ਹੈ। ਜਿਹੜਾ ਸਾਡਾ ਐਸ ਟਾਈਮ ਦਾ ਜ਼ਵਾਨਾ ਆ ਗਿਆ ਅਸੀਂ ਸਾਰੇ ਬਿਜ਼ੀ ਆ ਗਏ। ਤੇ ਹੁਣ ਪ੍ਰੀ ਪੈਕੇਜਡ ਫੂਡਸ ਦੀ ਇੰਡਸਟਰੀ ਆ ਫਰੋਜ਼ਨ اسپੈਸ਼ਲੀ ਕਾਫੀ ਵਾਦਲਾਗਪੁਰ ਰਾਈਟ ਰਾਈਟ ਫਰੋਜ਼ਨ ਵਿੱਚ ਐਸ ਦਾ ਫਾਇਦਾ ਹੈ ਕਿ ਜਿਹੜਾ కెమికਲਸ ਪਾਇਦਾ ਉਹ ਕੱਟ ਪਾ ਸਕਨੇ ਆ ਠੀਕ ਬਟ ਕਈ ਹੈ ਕਿ ਜਿਹੜਾ ਕੋਈ ਵੀ ਨੀ ਪੰਦੇ ਸੋ ਆਈ ਮੀਨ ਜ਼ਮਾਨਾ ਤਾਂ ਹੈਗਾ ਕਿ ਟਾਈਮ ਕੱਟ ਹੈਗਾ ਤੇ ਉਹ ਉਸ ਕਰਕੇ ਆਪਣੇ ਪਰਿਵਾਰ ਵਾਸਤੇ ਬਣਾਉਣਾ ਚਾਹੁੰਦੇ ਨੇ ਰਾਈਟ ਤੇ ਉਹ ਸੁਖ ਹੈਗਾ ਸਵਾਦ ਵੀ ਚਾਹੀਦਾ ਤੇ ਨਾਲ इजीली ਬਣਵੀ ਜਾਏ ਇਹ ਚਾਹੀਦਾ ਸਾਨੂੰ ਹਾਂਜੀ इजीली ਬਣਵੀ ਚਾਹੀਏ ਬਟ ਥੋੜਾ ਜਿਹਾ ਧਿਆਨ ਰੱਖਣਾ ਚਾਹੀਦਾ ਤੁਸੀਂ ਆਪਣੇ ਇਨਗਰੀਡੀਅੰਟਸ ਦੇਖੋ ਜੀ ਰਾਈਟ ਤੇ ਜੋਕ ਜੋਕ ਮਾਸਟਰ ਆ ਕਿ ਜੋਕ ਜਿ ਤੁਸੀਂ ਪ੍ਰੋਨਾਂਸ ਨਹੀਂ ਕਰ ਸਕਤੇ ਉਸ ਖਾਣੇ ਤੋਂ ਤੁਸੀਂ ਥੋੜਾ ਜਿਹਾ ਦੂਰ ਰੱਖੋ ਸੋ ਲੇਬਲਸ ਜਿਹੜੇ ਨੇ ਉਹ ਦੇਖ ਲਓ ਕਿ ਵੀ ਤੁਸੀਂ ਪੜ ਸਕ ਰਹੇ ਹੋ ਕਿ ਨਹੀਂ ਪੜ ਸਕ ਰਹੇ ਹਾਂਜੀ ਹਾਂਜੀ ਓਕੇ ਯਾ ਸੋ ਹੁਣ ਜਿਸ ਦਾ ਟ੍ਰੈਂਡ ਬਦਲਿਆ ਹੈਗਾ ਇਹਦੇ ਨਾਲ ਇਹ ਮਾਰਕੀਟ ਦੇ ਵਿੱਚ ਕੀ ਇਹ ਦੀ ਚੀਜ਼ ਦੀ ਅਕਸੈਪਟੈਂਸ ਹੋ ਰਹੀ ਹੈ ਜੀ ਹਾਂਜੀ ਅਸਟਾਈਮ ਐਕਸੈਪਟੈਂਸ ਸੰਦੀਪਿਆ ਰਾਈਟ ਹਾਂ ਹੁਣ ਤੁਸੀਂ ਤੁਹਾਡੀ ਚੋਇਸ ਵੀ ਹੋਣੀ ਚਾਹੀਦੀ ਹੈ ਕਿ ਹੈਗਾ ਕਿ ਤੁਸੀਂ ਆਪਣਾ ਖਾਣਾ ਲਾ ਕੇ ਆਂਦੇ ਹੋ ਤੇ ਬਸ ਉਹ ਹੀ ਖਾਣਾ ਜੀ ਹੁਣ ਕਈ ਪ੍ਰੋਡਕਟਸ ਆਖਣੇ ਕਿ ਤੁਸੀਂ ਤੁਹਾਨੂੰ ਬੇਸ ਦੇ ਦਿੰਦੇ ਨੇ ਤੇ ਤੁਸੀਂ ਆਪਣਾ ਖਾਣਾ ਬਾਕੀ ਦਾ ਤੁਸੀਂ ਆਪਣਾ ਐਡ ਕਰੋ ਓਕੇ ਤੁਹਾਡੀ ਚੋਇਸ ਬਣ ਜਾਂਦੀ ਹੈ ਰਾਈਟ ਸੇਮ ਪ੍ਰੋਡਕਟਸ ਨਾਲ ਤੁਸੀਂ 1 2 10 ਡਿਫਰੈਂਟ ਸਬਜ਼ੀਆਂ ਬਣਾਓ ਜੀ ਯਾ ਕੁਝ ਵੀ ਬਣਾ ਸਕਦੇ ਹੋ ਸੋ ਬੇਸਿਕਲੀ ਮਸਾਲੇ ਇਕੱਠੇ ਕਰਕੇ ਦੇਤੇ ਤੁਹਾਡੇ ਕੋਲ ਇੱਕ ਆਲਟਰਨੇਟਿਵ ਹੈ ਕਿ ਸਿਰਫ ਪਾਓ ਤੇ ਤੁਹਾਡੇ ਵਾਸਤੇ ਤਿਆਰ ਹੈ ਉਥੇ ਤੁਸੀਂ ਸਮਾਂ ਬਚਾ ਸਕਦੇ ਹੋ ਹਾਂਜੀ ਹਾਂਜੀ ਬਟ ਅਗੇਨ ਤੁਸੀਂ ਪਾ ਸਕਦੇ ਹੋ ਜੇ ਤੁਸੀਂ ਵੈਜੀਟੇਰੀਅਨ ਹੈਗੇ ਤੁਸੀਂ ਆਪਣੇ ਵੈਜੀਟੇਰੀਅਨ ਪਾਲੋ ਰਾਈਟ ਜੇ ਤੁਸੀਂ ਮੀਠ ਵੀ ਖਾਣਾ ਤੁਸੀਂ ਆਪਨੇ ਮੀਠ ਵੀ ਪਾ ਸਕਦੇ ਹੋ ਯਾ ਕਰੀਮ ਪਾ ਲੈ ਤੁਸੀਂ ਆਪਣਾ ਚੋਇਸ ਕਰ ਦਿਓ ਜੇ ਤੁਸੀਂ ਹੈਵੀ ਕਰੀਮ ਪਾਣਾ ਲੋ ਕਰੀਮ ਪਾਣਾ ਜੇ ਤੁਸੀਂ ਡੇਰੀ ਤੋਂ ਅਲਰਜੀਕ ਹੋ ਤੇ ਤੁਹਾਨੂੰ ਡੇਰੀ ਨਹੀਂ ਪਾਉਂਦੇ ਲੋ ਤਾਂ ਤੁਸੀਂ ਕੋਕਨਟ ਮੋਕ ਪਾਲੋ ਮੈਂ ਕਾਫੀ ਇੰਡਸਟਰੀ ਕੋਸ਼ਿਸ਼ ਕਰਦੀ ਪਈ ਆ ਕਿ ਟ ਕਸਟਮਰ ਦੀ ਚੋਇਸ ਹੋਵੇ ਕਜੀ ਬੜੀ ਸੋਹਣੀ ਸੁਜੈਸ਼ਨ ਦਿੱਤੀ ਲੋਕਾਂ ਨੂੰ ਕਿ ਜਦੋਂ ਲੇਬਲ ਪੜ੍ਹ ਕੇ ਤੁਸੀਂ ਦੇਖੋ ਕਿ ਕੀ ਤੁਸੀਂ ਉਸ ਚੀਜ਼ ਨੂੰ ਪੜ੍ਹ ਸਕ ਰਹੇ ਹੋ ਕਿ ਨਹੀਂ ਜੇ ਨਹੀਂ ਪੜ੍ਹ ਸਕ ਰਹੇ ਤਾਂ ਆਫ ਕੋਰਸ ਕੋਈ ਨਾ ਕੋਈ ਐਸਾ ਕੈਮੀਕਲ ਜਿਹੜਾ ਕਿ ਇਨ ਜਿਹੜੇ ਉਹ ਟਰਮੀਨਲ ਜਿਹੜੀ ਟੈਕਨੀਕਲ ਟਰਮਸ ਲਿਖਿਆ ਗਿਆ ਹੈਗਾ ਤੇ ਉਸ ਕਰਕੇ ਉਹਨੂੰ ਨਹੀਂ ਪੜ੍ਹ। ਹੋਰ ਤੁਹਾਡੀ ਕੀ ਸੁਜੈਸ਼ਨ ਹੋਏਗੀ ਲੋਕਾਂ ਨੂੰ ਜਦੋਂ ਫੂਡ ਪ੍ਰੋਡਕਟਸ ਖਾਸ ਤੌਰ ਤੇ ਪ੍ਰੀ ਪੈਕੇਜ ਫੂਡਸ ਖਰੀਦ ਰਹੇ ਨਾ ਕੀ ਰੁਚੇ ਦੱਸੋ? ਯਾ ਤੁਸੀਂ ਦੇਖਣਾ ਚਾਹਤਾ ਕਿ ਐਕਸਪਾਇਰੀ ਡੇਟ ਹੈ ਨਾ ਕਿ ਨਹੀਂ। ਕਈ ਵਾਰੀ ਐਕਸਪਾਇਰੀ ਡੇਟ ਨਹੀਂ ਪਾਇਆ ਜਾਂਦਾ। ਤੇ ਉਹ उस तो हिसाब में थोड़ा देख पता होना चाहिए कि कितनी देर पैकेज किता हो हर चीज़ को लाइफ लाइफ एक्सपैक्टेंसी है फ्रोजन या रूम टैंपरेचर भी होना चाहिए बट ज्यादा तो ज्यादा है कि अपने इंग्रेडिएंट्स पढ़ के देखो कि सारे हैं है नहीं राइट जड़े इंटरमीडियट इनग्रीड्स होंगे आदि टमेटो हो गया ऑनियनस हो गए तो पढ़ के तुम पता कि यह चीज़ है कि ਫਿਰ ਆਬਵੀਅਸਲੀ ਹਾਂਜੀ ਤੇ ਮੈਂ ਬਸ ਆ ਕਹਣਾ ਚਾਹਨਾ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕੰਨਦੇ ਹੋ ਤੇ ਤੁਸੀਂ ਲੇਬਲ ਪੜਨ ਦੀ ਕੋਸ਼ਿਸ਼ ਜਿੰਨਾ ਕਰ ਸਕਦੇ ਹੋ ਕਰੋ ਬਹੁਤ ਧੰਨਵਾਦ ਜੀ ਥਿਆ ਕਿ ਸਾਡੇ ਨਾਲ ਸਾਝ ਪਾਈ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਸੁਚੇਤ ਕੀਤਾ ਤੇ ਇਸ ਜਿਹੜਾ ਨਵਾਂ ਟ੍ਰੈਂਡ ਆ ਰਿਹਾ ਹੈ ਮਾਰਕੀਟ ਉਸ ਬਾਰੇ ਜਾਣੂ ਕਰਾਇਆ ਥੈਂਕ ਯੂ ਫੋਰ ਯਰ ਟਾਈਮ ਥੈਂਕ ਯੂ ਵੈਰੀ ਮਚ